लुधियाना के अति व्यस्त बस्ती जोतेवाल चौक के पास गुरु रविदास चौक रोड की सड़क की हालत इतनी दयनीय है कि नेशनल हाईवे अथॉरिटी ऑफ इंडिया द्वारा इस रोड की कोई सुध नहीं ली गई। वहीं इस क्षेत्र के रहने वाले लोगों एवं दुकानदारों द्वारा नेशनल हाईवे अथॉरिटी ऑफ इंडिया के खिलाफ जमकर रोष प्रदर्शन किया गया, जिससे यहाँ की जीटी रोड पर काफी जाम सी स्थिति पैदा हो गई। वहीं प्रदर्शनकारियों द्वारा रोष प्रदर्शन करते हुए कहा गया कि नेशनल हाईवे अथॉरिटी द्वारा इस रोड को अनदेखा कर जीटी रोड पर काम शुरू किया गया है, जिससे इस रोड की हालत इतनी दयनीय हो गई है कि जगह जगह खड्डे बनने के साथ साथ पानी जमा होने लगा। वहीं उन्होंने प्रशासन से अपील की गई कि अगर उन्होंने इस रोड की हालत ना सुधारी तो वह चक्का जाम करने से गुरेज नहीं करेंगे। वहीं मौके पर पहुंचे एसीपी वर्याम सिंह द्वारा नेशनल हाईवे अथॉरिटी के अधिकारियों से बातचीत कर इस रोड को जल्दी बनाने का आश्वासन देकर धरना प्रदर्शन समाप्त कराया। जो हाल है इत्थे इलाका वासियां दा, इत्थे जिहड़े राहगीर ने इन्ने क परेशान हो रहे है, गड्डी पलट जानी है इदां लगदा गड्डी चलांदे होए वी, इस तो माड़ा हाल कितने नहीं हो सकता। पंजाब दी सरकारां नूं तुसीं की कहना चाहुंदे हो जी? सुतियां पईआं इस वेले उहनां नूं की कह सकदे आ, उह पहलां तां उठावांगे फिर गल करांगे। ਆਪਾਂ ਜਾਣਦੇ ਹਾਂ ਕਿ ਲੁਧਿਆਣਾ ਲੁਧਿਆਣੇ ਨੂੰ ਸਮਾਰਟ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ। ਮੈਂ ਕਹਿੰਦਾ ਦੁਰਫਿੱਟੇ ਮੂੰਹ ਇਹੋ ਜਿਹੇ ਬੰਦਿਆਂ ਦੇ ਜਿਨ੍ਹਾਂ ਨੇ ਸਮਾਰਟ ਸਿਟੀ ਦਾ ਨਾਮ ਜਿਹੜਾ ਹੈਗਾ ਰੱਖਿਆ। ਤੁਸੀਂ ਦੇਖ ਸਕਦੇ ਹੋ ਕਿ ਰੋਡ ਦਾ ਕੀ ਹਾਲ ਹੈ, ਸਰਕਾਰਾਂ ਪਤਾ ਨਹੀਂ ਕਿੱਥੇ ਸੁੱਤੀਆਂ ਪਈਆਂ। ਜਿਹੜੇ MLA MP ਕਹਿੰਦੇ ਜੀ ਅਸੀਂ 800 ਕਰੋੜ ਲੈ ਕੇ ਆਏ, ਅਸੀਂ 1500 ਕਰੋੜ ਲੈ ਕੇ ਆਏ, ਅਸੀਂ 1400 ਕਰੋੜ ਲੈ ਕੇ ਆਏ ਹਾਂ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕੋਈ, ਤੁਸੀਂ ਦੱਸੋ ਕਿੱਥੇ ਲਾਇਆ। ਕੋਈ 700 ਕਰੋੜ ਜਾਂ 200 ਕਰੋੜ ਤੁਸੀਂ 10 ਰੁਪਈਏ ਵੀ ਲੱਗੇ ਹੋਏ ਦਿਖਾ ਦਿਓ। ਇੱਥੇ ਆਮ ਜਨਤਾ ਨੂੰ ਇੰਨੀਆਂ ਕੁ ਮਤਲਬ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਕਿ ਆਪਾਂ ਬਿਆਨ ਨਹੀਂ ਕਰ ਸਕਦੇ। ਇਹ ਜਿਹੜਾ ਹੈਗਾ ਸਵਿਮਿੰਗ ਪੂਲ, ਮੈਂ ਕਹਿੰਦਾ ਇੱਥੇ ਮੱਛੀਆਂ ਪਾਲਣ ਦਾ ਕੰਮ ਕਰ ਲੈਣਾ ਚਾਹੀਦਾ। ਮੈਂ ਤਾਂ ਇਹ ਜਿਹੜੇ MLA MP ਹੈਗੇ ਇਹਨਾਂ ਨੂੰ ਇਹ ਗੱਲ ਕਹੂੰਗਾ ਵੀ ਇੱਥੇ ਆ ਜਾਓ, ਮੈਂ ਵੀ ਤੁਹਾਡੇ ਨਾਲ ਖੜਦਾ ਅਤੇ ਤੁਸੀਂ ਮੱਛੀਆਂ ਪਾਲਣ ਦਾ ਇੱਥੇ ਕੰਮ ਜਿਹੜਾ ਹੈਗਾ ਸ਼ੁਰੂ ਕਰੋ। ਸ਼ਾਇਦ ਤੁਹਾਨੂੰ ਹੋਰ ਕੋਈ ਇਨਕਮ ਹੋਣੀ ਸ਼ੁਰੂ ਹੋ ਜਾਵੇ, ਕਿਉਂਕਿ ਜਿਹੜਾ 800 ਕਰੋੜ ਰੁਪਈਆ ਜਾਂ 1400 ਕਰੋੜ ਰੁਪਈਆ ਤੁਸੀਂ ਲੈ ਕੇ ਆਏ ਹੋ, ਲੱਗਦਾ ਉਹ ਹਜ਼ਮ ਨਹੀਂ ਹੋਇਆ ਤੁਹਾਨੂੰ, ਤੁਹਾਡਾ ਉਹਦੇ ਨਾਲ ਢਿੱਡ ਨਹੀਂ ਭਰਿਆ। ਇਸ ਕਰਕੇ ਮੈਂ ਤੁਹਾਨੂੰ ਇਹੀ ਗੱਲ ਕਹੂੰਗਾ, ਜਿਹੜੇ ਹੈਗੇ ਇੱਥੇ ਦੇ ਪ੍ਰਸ਼ਾਸਨ ਵਾਲੇ ਲੋਕ ਜਿਹੜੇ ਹੈਗੇ ਇੱਥੇ ਦੇ MLA MP ਵਗੈਰਾ ਜੋ ਕਾਂਗਰਸ ਸਰਕਾਰ ਹੈ, ਮੈਂ ਕਹੂੰਗਾ ਵੀ ਆ ਕੇ ਦੇਖੋ ਤੁਸੀਂ ਰੋਡਾਂ ਦਾ ਕੀ ਹਾਲ ਆ। ਸਰ ਗੱਲ ਇਹ ਹੈ ਕਿ ਲੋਕਾਂ ਦੀ ਪ੍ਰੋਬਲਮ ਜਿਹੜੀ ਉਹ ਜੈਨੂਇਨ ਹੈ। ਇੱਥੇ ਮੈਂ ਵੀ ਦੇਖਿਆ ਅਤੇ ਤੁਸੀਂ ਵੀ ਆ ਕੇ ਦੇਖਿਆ, ਸੜਕ ਦਾ ਮਾੜਾ ਹਾਲ ਹੈ ਅਤੇ ਸੜਕ ਟੁੱਟੀ ਹੋਣ ਕਰਕੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਅਤੇ ਲੋਕਾਂ ਨੇ ਆਪਾਂ ਇਹ ਕਹਿ ਸਕਦੇ ਹਾਂ ਵੀ ਦੁਖੀ ਹੋ ਕੇ ਸੜਕ 'ਤੇ ਆਏ ਆ। ਲੇਕਿਨ ਮੇਰੀ ਗੱਲ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਦੇ ਅਸ਼ਵਨੀ ਸ਼ਰਮਾ ਜੀ, ਉਹਨਾਂ ਨਾਲ ਵੀ ਹੋਈ ਹੈ ਤਾਂ ਉਹ ਇਸ ਏਰੀਏ ਦੇ ਕੌਂਸਲਰ ਵੀ ਨੇ, ਉਹਨਾਂ ਦੀ ਨੈਸ਼ਨਲ ਹਾਈਵੇ ਨਾਲ ਗੱਲ ਹੋ ਚੁੱਕੀ ਹੈ। ਅੱਜ ਉਹਨਾਂ ਦੇ ਮੁਤਾਬਕ ਉਹਨਾਂ ਨੇ ਇਹਦਾ ਮੁਆਇਨਾ ਕਰਕੇ ਸੋਮਵਾਰ ਨੂੰ ਕੰਮ ਸ਼ੁਰੂ ਕਰ ਦੇਣਗੇ। ਇਸ ਕਰਕੇ ਪਬਲਿਕ ਨੂੰ ਮੈਂ ਰਿਕੁਐਸਟ ਕੀਤੀ ਹੈ ਕਿ ਇੱਕ ਵਾਰੀ ਮੇਰੇ ਕਹਿ 'ਤੇ ਆਪਾਂ ਲੋਕਾਂ ਦੀ ਟ੍ਰੈਫਿਕ ਦੇ ਵਿੱਚ ਵਿਘਨ ਨਾ ਪਾਈਏ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ, ਤਾਂ ਸੋਮਵਾਰ ਤੱਕ ਉਮੀਦ ਹੈ ਸੜਕ ਬਣ ਜੂਗੀ। ਮੈਂ ਵੀ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਸਾਡੇ ACP ਟ੍ਰੈਫਿਕ ਜਿਹੜੇ ਨੇ ਉਹ ਨੈਸ਼ਨਲ ਅਥਾਰਟੀ ਦੇ ਨਾਲ ਇਨ ਟੱਚ ਰਹਿੰਦੇ ਨੇ, ਉਹਨਾਂ ਨਾਲ ਗੱਲ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸੋਮਵਾਰ ਤੋਂ ਜੇ ਪਹਿਲਾਂ ਵੀ ਹੋ ਸਕੇ ਤਾਂ ਸ਼ੁਰੂ ਕਰਵਾ ਦਈਏ ਤਾਂ ਕਿ ਲੋਕਾਂ ਦੇ ਨਾਲ ਨਾਲ ਸਾਨੂੰ ਵੀ ਲੰਘਣ 'ਚ ਮੁਸ਼ਕਲ ਨਾ। इंडिया क्राइम न्यूज 24 के लिए लुधियाना से विक्की भगत।